ਮਾਸ਼ਾਅੱਲਾ ਜੀ, ਕਿੰਨਾ ਪਿਆਰਾ ਮੌਸਮ ਬਣਿਆ। ਹਵਾ ਚੱਲ ਰਹੀ ਹੈ, ਇੱਧਰੋਂ ਧੁੱਪ ਵੀ ਨਿਕਲ ਰਹੀ ਹੈ, ਹਲਕੀ ਹਲਕੀ ਉੱਪਰ ਬੱਦਲ ਬਣ ਰਹੇ, ਬੜਾ ਹੀ ਸੋਹਣਾ ਲੱਗਦਾ ਹੈ। ਅਤੇ ਆਹ ਦੇਖੋ ਹਵਾ ਚੱਲ ਰਹੀ, ਤੁਹਾਨੂੰ ਦਿਖਾਵਾਂ ਕੈਸੀ ਲੱਗ ਰਹੀ, ਕਿੰਨੇ ਸੋਹਣੇ ਦਰੱਖਤ ਹਿਲਦੇ ਨਜ਼ਰ ਆ ਰਹੇ। ਦੇਖ ਹੁਣ ਤੁਸੀਂ ਮੈਨੂੰ ਦੱਸਣਾ ਹੈ ਜੀ, ਅਤੇ ਮੈਂ ਕੈਸੀ ਲੱਗ ਰਹੀ ਹਾਂ ਇਸ ਸੋਹਣੇ ਜਿਹੇ ਮੌਸਮ ਦੇ ਵਿੱਚ। ਠੀਕ ਹੈ ਜੀ, ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਅਸਲਾਮ ਅਲੈਕੁਮ ਜੀ, ਕੀ ਹਾਲ ਹੈ? ਠੀਕ ਠਾਕ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਗੇ, ਖੁਸ਼ ਹੋਗੇ, ਬਾਦ ਹੋਗੇ। ਅੱਲਾ ਪਾਕ ਸਾਰਿਆਂ ਨੂੰ ਖੁਸ਼ ਰੱਖੇ, ਬਾਦ ਰੱਖੇ, ਇਸ ਦਾ ਮੁਸਕਰਾਦਾ ਰੱਖੇ ਜੀ, ਆਮੀਨ ਅੱਲਾ ਮਾਮੀਨ। ਇਸ ਦੁਆ ਦੇ ਨਾਲ ਕਰਦੇ ਹਾਂ ਜੀ ਅੱਜ ਦੇ ਵਲੋਗ ਦਾ ਆਗਾਜ਼। ਠੀਕ ਹੈ, ਮੋਰਨਿੰਗ ਦਾ ਵਲੋਗ ਹੈ, ਸੁਬਹ ਸੁਬਹ ਦਾ। ਅੱਜ ਤਬੀਅਤ ਮੇਰੀ ਜਿਹੜੀ ਨੇ ਕੱਲ੍ਹ ਦੀ ਅਪਸੈਟ ਹੈ, ਤੁਹਾਨੂੰ ਮੇਰੇ ਚਿਹਰੇ ਤੋਂ ਵੀ ਨਜ਼ਰ ਆ ਰਿਹਾ ਹੋਊਗਾ ਕਿ ਬਾਕੀ ਅਪਸੈਟ ਹੈ ਤਬੀਅਤ। ਠੀਕ ਹੈ, ਅਤੇ ਮੈਂ ਹੁਣ ਉੱਠੀ ਹਾਂ ਸੁਬਹ ਸੁਬਹ ਦਾ ਵਲੋਗ ਵਾਸਤੇ। ਠੀਕ ਹੈ, ਅੱਜ ਮੈਂ ਇਹ ਕੀਤਾ ਕਿ ਮੈਂ ਅੱਜ ਤਬੀਅਤ ਥੋੜ੍ਹੀ ਅੱਧੀ ਅਪਸੈਟ ਹੈ, ਪਹਿਲਾਂ ਨਾਸ਼ਤਾ ਬਣਾ ਲੈਂਦੇ ਹਾਂ, ਨਾ ਬਾਅਦ 'ਚ ਲੇਟ ਹੋ ਜਾਏ ਅਤੇ ਬਾਅਦ 'ਚ ਵਲੋਗ ਬਣਾਉਂਦੇ ਹਾਂ। ਇਸ ਵਾਸਤੇ ਪਹਿਲਾਂ ਮੈਂ ਜਿਹੜਾ ਨਾ ਨਾਸ਼ਤਾ ਨੁਸ਼ਤਾ ਅੰਦਰ ਬਣਾ ਹੀ ਸੀ, ਅਤੇ ਬਾਹਰ ਦਾ ਵਲੋਗ ਮੈਂ ਬਾਅਦ 'ਚ ਕਰ ਲਵਾਂਗੀ, ਅਤੇ ਹੁਣ ਮੈਂ ਜਿਹੜਾ ਕਰਨ ਲਈ ਵਲੋਗ ਸ਼ੁਰੂ। ਲੇਕਿਨ ਵਲੋਗ ਸ਼ੁਰੂ ਕਰਨ ਤੋਂ ਪਹਿਲਾਂ ਕਰਾਂਗੀ ਤੁਹਾਡੇ ਅੱਗੇ ਰਿਕੁਐਸਟ, ਅਗਰ ਚੈਨਲ ਨੂੰ ਹੁਣ ਤੱਕ ਨਹੀਂ ਕੀਤਾ ਸਬਸਕ੍ਰਾਈਬ ਤਾਂ ਫਟਾਫਟ ਚੈਨਲ ਨੂੰ ਕਰੋ ਸਬਸਕ੍ਰਾਈਬ, ਅਤੇ ਵੀਡੀਓ ਨੂੰ ਕਰੋ ਲਾਈਕ, ਕਮੈਂਟ ਅਤੇ ਸ਼ੇਅਰ। ਅਤੇ ਜਿਨ੍ਹਾਂ ਜਿਨ੍ਹਾਂ ਨੇ ਅੱਗੇ ਸਬਸਕ੍ਰਾਈਬ ਕੀਤਾ ਉਹਨਾਂ ਦੀ ਕਰਾਂਗੇ ਮਿਹਨਤ, ਅਤੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਅਗਰ ਕੀਤਾ ਹੈ ਤਾਂ ਪਲੀਜ਼ ਮੇਰੀ ਵੀਡੀਓ ਵੀ ਵਾਚ ਕਰ ਲਿਆ ਕਰੋ ਕੰਪਲੀਟ। ਠੀਕ ਹੈ, ਅੱਲਾ ਪਾਕ ਤੁਹਾਨੂੰ ਸਾਰਿਆਂ ਨੂੰ ਖੁਸ਼ ਰੱਖੇ ਜੀ, ਆਬਾਦ ਰੱਖੇ, ਹੱਸਦਾ ਮੁਸਕਰਾਉਂਦਾ ਰੱਖੇ ਜੀ। ਅਤੇ ਰਿਕੁਐਸਟ ਹੈ ਗਰੀਬ ਦੀ ਮੰਨ ਲਵੋ, ਅਤੇ ਜਿਹੜੇ ਲੈਂਡ ਲਾਰਡ ਨੇ ਸ਼ੁਗਲ ਮੇਲੇ ਵਾਲੇ, ਮਤਲਬ ਜ਼ਿਆਦਾ ਜ਼ਿਆਦਾ ਫੈਮਲੀਆਂ ਨੇ ਅਤੇ ਪੈਸੇ ਵਾਲੇ ਨੇ, ਫੇਰਾ ਟੋਰੇ ਵਾਲੇ ਦਿਖਾਉਂਦੇ ਨੇ ਤੁਹਾਨੂੰ, ਉਹਨਾਂ ਸਾਰਿਆਂ ਨੂੰ ਵੀ ਤਾਂ ਤੁਸੀਂ ਜਿਹੜਾ ਨਾ ਵਾਚ ਕਰਦੇ, ਸਾਡੇ ਜੇ ਮਾੜੇ ਬੰਦੇ ਗਰੀਬ ਬੰਦੇ ਨੂੰ ਵੀ ਵਾਚ ਕਰ ਲਓ। ਠੀਕ ਹੈ, ਤਾਂ ਕਿ ਸਾਡਾ ਵੀ ਭਲਾ ਹੋ ਜਾਵੇ। ਜੇ ਤੁਸੀਂ ਉਹਨਾਂ ਦਾ ਭਲਾ ਕਰ ਸਕਦੇ ਤਾਂ ਸਾਡਾ ਭਲਾ ਨਹੀਂ ਕਰ ਸਕਦੇ? ਕਰ ਸਕਦੇ ਹੋ। ਤਾਂ ਦੇਖਦੇ ਹਾਂ ਜੀ ਮੇਰੇ ਕਿੰਨੇ ਭੈਣ ਭਰਾ ਹਨ, ਕਿੰਨੇ ਮੇਰੇ ਵੱਡੇ ਨੇ ਜਿਹੜੇ ਮੇਰਾ ਸਾਥ ਦੇਣਗੇ ਮੇਰੀ ਵੀਡੀਓ ਵਾਚ ਕਰਨ ਲਈ ਕੰਪਲੀਟ। ਠੀਕ ਹੈ ਜੀ, ਹੁਣ ਚੱਲਦੇ ਹਾਂ ਆਪਣੇ ਵਲੋਗ, ਤੁਸੀਂ ਕਿਧਰੇ ਨਹੀਂ ਜਾਣਾ, ਛੱਡਣਾ ਰਹਿਣਾ ਜੀ, ਕੰਪਲੀਟ ਵੀਡੀਓ ਵਾਚ ਕਰਨੀ, ਸਕਿਪ ਨਹੀਂ ਕਰਨੀ, ਲਾਈਕ ਕਮੈਂਟ ਸ਼ੇਅਰ ਕਰਨਾ ਜੀ। ਇੱਕ ਗੱਲ ਹੋਰ ਤੁਹਾਨੂੰ ਕਹਿਣੀ ਸੀ ਕਿ ਕੱਲ੍ਹ ਮੈਂ ਬੇੜਾ ਧੋਤਾ ਸੀ ਨਾ, ਇਸ ਵਾਸਤੇ ਸਾਫ਼ ਸੀ, ਅੱਜ ਧੋਣਾ ਨਹੀਂ, ਅੱਜ ਸਿਰਫ ਬਾਰੀ ਮਾਰਾ ਗਈ, ਕਿਉਂਕਿ ਅੱਗੇ ਆਈ ਸੀ ਅੱਗੋਂ ਅਪਸੈਟ ਹੈ, ਜਿਸਮ ਵਿੱਚ ਜਾਨ ਸਾਰ ਬਿਲਕੁਲ ਨਹੀਂ ਹੈ, ਮਤਲਬ ਨਹੀਂ। ਲੇਕਿਨ ਅੱਜ ਮਾਰੀ ਸਿਰਫ ਚਾਲੂ, ਜਿਹੜਾ ਕਿ ਵੀ ਸਾਫ਼, ਬਾਕੀ ਕੰਮ ਹੁੰਦੇ ਰਹਿਣਗੇ ਬਾਅਦ 'ਚ। ਦਵਾਈਆਂ ਖਾ ਰਹੇ, ਦਵਾਈਆਂ ਦਾ ਅਸਰ ਹੈ, ਇਸ ਵਾਸਤੇ ਬਹੁਤ ਅਜੀਬ ਦੀ ਕੰਡੀਸ਼ਨ ਹੋ ਰਹੀ ਹੈ। ਠੀਕ ਹੈ, ਸਾਫ਼
ਜੀ ਵੀਵਰਸ, ਵਲੌਗ ਸਾਡਾ ਆਲਮੋਸਟ ਹੋ ਗਿਆ ਜੀ ਡਨ, ਠੀਕ ਹੈ ਜੀ, ਕੰਪਲੀਟ ਹੋ ਗਿਆ ਮੇਰਾ ਵਲੌਗ। ਹੁਣ ਤੁਸੀਂ ਦੱਸਣਾ ਕਿ ਤੁਹਾਨੂੰ ਵਲੌਗ ਕਿਸਾ ਲੱਗਾ, ਲਾਈਕ ਕਰਿਓ, ਕਮੈਂਟ ਕਰਿਓ, ਸ਼ੇਅਰ ਕਰਿਓ, ਅਤੇ ਦਿਲ ਖੋਲ੍ਹ ਕੇ ਮੈਂ ਤੁਹਾਨੂੰ ਵੈਲਕਮ ਕਰਦਾ, ਤੁਸੀਂ ਵੀ ਵੈਲਕਮ ਕਰੋ ਮੈਨੂੰ, ਲਾਈਕ ਕਮੈਂਟ ਸ਼ੇਅਰ ਕਰੋ, ਅਤੇ ਅੱਲਾ ਪਾਕ ਨੂੰ ਸਾਰਿਆਂ ਨੂੰ ਖੁਸ਼ ਰੱਖੇ, ਆਬਾਦ ਰੱਖੇ ਜੀ, ਆਮੀਨ, ਅਤੇ ਅੱਲਾ ਪਾਕ ਸਾਰਿਆਂ ਨੂੰ ਆਪਣੀ ਰਹਿਮਤ ਦੇ ਸਾਏ 'ਚ ਰੱਖੇ, ਆਮੀਨ। ਮੇਰੇ ਵਾਸਤੇ ਜਿਹੜਾ ਨਾ ਰਿਕੁਐਸਟ ਹੈ, ਮੈਂ ਤੁਹਾਡੇ ਅੱਗੇ ਬਾਰ ਬਾਰ ਕਰਨੀ ਹੈ ਕਿ ਸਪੋਰਟ ਕਰੋ ਮੈਨੂੰ, ਤਾਂ ਕਿ ਮੇਰੀ ਅਰਨਿੰਗ ਜਿਹੜਾ ਅੱਛੀ ਹੋ ਸਕੇ ਅਤੇ ਮੈਂ ਆਪਣੇ ਘਰ ਵਾਸਤੇ ਕੁਝ ਕਰ ਸਕਾਂ। ਕੀ ਵੈਸੇ ਮੈਂ ਬਾਰਿਸ਼ਾਂ ਆਉਂਦੀਆਂ ਜਾਂ ਪਰੇਸ਼ਾਨੀਆਂ ਸ਼ੁਰੂ ਹੋ ਜਾਂਦੀਆਂ, ਕਿ ਤੁਹਾਨੂੰ ਪਤਾ ਜਿਸ ਤਰ੍ਹਾਂ ਬਾਰਿਸ਼ਾਂ ਆਉਣਾ, ਇਸ ਮੌਸਮ 'ਚ ਹੋ ਰਹੀਆਂ, ਕੁਝ ਸਮਝ ਨਹੀਂ ਆ ਰਹੀ। ਅੱਲਾ ਨਾ ਕਰੇ ਕੱਚਾ ਮਕਾਨ ਹੈ, ਚੁਣਾਈ ਵੀ ਕੱਚੀ, ਕੋਈ ਪਲਾਸਟਿਕ ਸੀਮਟ ਵੀ ਤਾਂ ਹੈ ਨਹੀਂ, ਕੱਚੀ ਚੁਣਾਈ ਹੈ ਹੋਈ ਇਹਨਾਂ ਦੀ, ਅਤੇ ਇੱਧਰ ਆਉਣਾ ਤਾਂ ਤੁਹਾਨੂੰ ਕੋਈ ਨਜ਼ਰ ਆਉਂਦੀ, ਜਿਵੇਂ ਮੈਂ ਅੱਗੇ ਵੀ ਤੁਹਾਨੂੰ ਦਿਖਾਈ ਸੀ, ਆਹ ਤਾਂ ਮੈਂ ਵੀ ਦਿਖਾ ਦਿੰਦੀ, ਬਸ ਇਹ ਡਰ ਲੱਗਿਆ ਰਹਿੰਦਾ ਬੱਚਾ ਛੋਟਾ ਕੋਲ, ਅੱਲਾ ਨਾ ਕਰੇ ਕੋਈ ਮਸਲਾ ਨਾ ਬਣ ਜਾਏ। ਆ ਦੇਖੋ ਮੈਂ ਤ੍ਰੇਣਾ ਨਜ਼ਰ ਆ ਰਹੀ ਹਾਂ, ਬਸ ਇਹ ਡਰ ਲੱਗਾ ਰਹਿੰਦਾ। ਮੇਰਾ ਇਹ ਦਿਲ ਜਲਦ ਤੋਂ ਜਲਦ ਜਿਹੜਾ ਨਾ ਆਪਣੇ ਕਿਸੇ ਘਰ 'ਚ ਸ਼ਿਫਟ ਹੋ ਜਾਏਗੀ ਖੁੱਲ੍ਹੀ ਜਗ੍ਹਾ 'ਤੇ, ਇਸ ਘਰ ਦਾ ਮੈਨੂੰ ਬਹੁਤ ਡਰ ਲੱਗਦਾ, ਅੱਲਾ ਨਾ ਕਰੇ ਕੋਈ ਮਸਲਾ ਬਣ ਜਾਏ ਤਾਂ ਫਿਰ ਕਿੱਧਰ ਜਾਵਾਂਗੇ ਅਸੀਂ, ਸਾਡੇ ਦੀਵਾਰਾਂ 'ਚ ਵੱਖਾ ਪੈਂਦਾ ਜਾ ਰਿਹਾ ਮੈਂ ਨਜ਼ਰ ਆਇਆ। ਇਹ ਦੇਖੋ ਇਹ ਉੱਪਰ ਪੂਰਾ ਇੱਕ ਪੀਸ ਜਿਹੜਾ ਨਾ ਸਾਰਾ ਹੀ ਹੈ ਦਰਾੜ ਪਈ, ਇਹ ਜੇ ਕਿਤੇ ਦੁੱਧ ਦਾ ਦੁੱਧ ਆਵੇ ਤਾਂ ਅੱਲਾ ਨਾ ਕਰੇ ਚੁੱਕਿਆ ਥੱਲੇ ਪਵੇ ਤਾਂ ਫਿਰ ਅਸੀਂ ਕਿੱਧਰ ਜਾਵਾਂਗੇ। ਇਸ ਵਾਸਤੇ ਤੁਹਾਨੂੰ ਸਾਰਿਆਂ ਨੂੰ ਕਹਿ ਰਹੇ ਹਾਂ ਸਪੋਰਟ ਕਰੋ, ਲਾਈਕ ਕਰੋ, ਕਮੈਂਟ ਕਰੋ, ਸ਼ੇਅਰ ਕਰੋ, ਠੀਕ ਹੈ ਜੀ। ਅੱਲਾ ਆਪਣਾ ਪੂਜਣਾ ਵੀ ਤੁਹਾਨੂੰ ਕਰਨੀ ਹੈ, ਮੇਰਾ ਖੁਦਨਾ ਸੀ ਦੱਸਣਾ ਹੋ ਗਿਆ, ਐਪ ਨੂੰ ਬੋਤਲ 'ਚ ਲਾਏ, ਮਾਸ਼ਾ ਅੱਲਾ ਬੋਤਲ ਦੇ ਵਿੱਚ ਵੀ ਅੰਦਰ ਹੀ ਉਹ ਦੇਖ ਟਹਿਣੀਆਂ ਉੱਗੀਆਂ, ਬੜੀਆਂ ਪਿਆਰੀਆਂ ਲੱਗ ਰਹੀਆਂ। ਹੁਣ ਤੁਸੀਂ ਵੀ ਦੱਸੋ ਕਿ ਮੈਨੂੰ ਸਪੋਰਟ ਕਰੋਗੇ ਨਹੀਂ ਕਰੋਗੇ, ਜੋ ਵੀ ਹੈ ਅੱਜ ਦੀ ਵੀਡੀਓ ਤਾਂ ਮੈਂ ਅੰਦਾਜ਼ਾ ਕਰ ਲੈਣਾ ਤੁਸੀਂ ਮੈਨੂੰ ਕਿੰਨੀ ਸਪੋਰਟ ਕਰਦੇ ਹੋ, ਮੇਰੇ ਤੁਸੀਂ ਕਿੰਨੇ ਭੈਣ ਭਰਾ ਆਏ ਹੋ, ਮੇਰੇ ਸੋਹਣੇ ਸੋਹਣੇ ਵਿਊਵਰਸ ਆਓ, ਪਿਆਰੇ ਪਿਆਰੇ ਵਿਊਵਰਸ ਆਓ ਜਿਹੜੇ ਮੈਨੂੰ ਸਪੋਰਟ ਕਰਦੇ ਹੋ, ਠੀਕ ਹੈ ਜੀ।